ਜਿੱਥੇ ਪੂਰਾ ਦੇਸ਼ ਵਰਲਡ ਵਾਟਰ ਡੇ ਮਨਾ ਰਿਹਾ ਹੈ, ਉੱਥੇ ਹੀ ਵਰਲਡ ਵਾਟਰ ਡੇ ਤੇ ਇਹ ਸੰਦੇਸ਼ ਵਿਸ਼ਵ ਪ੍ਰਸਿੱਧ ਵਿਗਿਆਨਿਕ ਅਤੇ ਪਾਣੀ ਬਚਾਉਣ ਲਈ ਲਗਾਤਾਰ ਕੰਮ ਕਰ ਰਹੇ ਡਾਕਟਰ ਗੁਰਦੇਵ ਸਿੰਘ ਹੀਰਾ ਨੇ ਲੋਕਾਂ ਨੂੰ ਅਤੇ ਖਾਸ ਕਰ ਕਿਸਾਨਾਂ ਨੂੰ ਜ਼ਮੀਨੀ ਪਾਣੀ ਦੀ ਬਜਾਏ ਬਰਸਾਤੀ ਪਾਣੀ ਦੇ ਇਸਤੇਮਾਲ ਤੇ ਜ਼ਿਆਦਾ ਜ਼ੋਰ ਦੇਣ ਦੀ ਅਪੀਲ ਕੀਤੀ ਹੈ। ਡਾਕਟਰ ਹੀਰਾ ਨੇ ਕਿਹਾ ਕਿ ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਲੈਵਲ ਨੀਚੇ ਗਿਰਨ ਦਾ ਇੱਕ ਵੱਡਾ ਕਾਰਨ ਝੋਨੇ ਦੀ ਖੇਤੀ ਹੈ, ਪਰ ਹੋਰ ਫਸਲਾਂ ਤੇ ਘੱਟ ਸਮਰਥਨ ਮੁੱਲ ਮਿਲਣ ਕਰਕੇ ਕਿਸਾਨ ਝੋਨੇ ਦੀ ਖੇਤੀ ਕਰਨ ਲਈ ਮਜਬੂਰ ਹੈ। ਹਾਲਾਤ ਇਹ ਹੈ ਕਿ 1991 ਤੋਂ ਲੈ ਕੇ ਹੁਣ ਤੱਕ ਝੋਨੇ ਦੀ ਖੇਤੀ ਲਈ 1.5 ਗੁਣਾ ਖੇਤਰਫਲ ਵੱਧ ਗਿਆ ਹੈ। ਹਾਲਾਂਕਿ ਉਹ ਹਮੇਸ਼ਾ ਤੋਂ ਝੋਨੇ ਦੀ ਖੇਤੀ ਨੂੰ ਰੋਕਣ ਦੀ ਬਜਾਏ ਇਸ ਨੂੰ 20 ਜੂਨ ਤੋਂ ਬਾਅਦ ਕਰਨ ਤੇ ਜ਼ੋਰ ਦਿੰਦੇ ਰਹੇ ਹਨ, ਜਿਸ ਦਾ ਇੱਕ ਵੱਡਾ ਕਾਰਨ ਹੈ ਕਿ ਤਦ ਤੱਕ ਮਾਨਸੂਨ ਦਾ ਸੀਜ਼ਨ ਆ ਜਾਂਦਾ ਹੈ। ਇਸੇ ਤਰ੍ਹਾਂ ਸ਼ਹਿਰੀ ਲੋਕਾਂ ਨੂੰ ਵੀ ਉਹਨਾਂ ਨੇ ਬਰਸਾਤ ਦੇ ਪਾਣੀ ਤੋਂ ਅਰਥ ਰਿਚਾਰਜ ਕਰਨ ਦੀ ਪ੍ਰਣਾਲੀ ਅਪਣਾਉਣ ਦੀ ਅਪੀਲ ਕੀਤੀ ਹੈ। ਪਾਣੀ ਦੇ ਹੇਠਾਂ ਜਾਣ ਦੀ ਪੰਜਾਬ ਦੀ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਹੈ, ਕਿਉਂਕਿ ਅੱਜ ਪੰਜਾਬ ਦੇ ਵਿੱਚ 66% ਏਰੀਏ ਦੇ ਵਿੱਚ ਪਾਣੀ 10 ਮੀਟਰ ਤੋਂ ਥੱਲੇ ਜਾ ਚੁੱਕਿਆ, ਜਿਹੜਾ ਕਿ ਪਹਿਲਾਂ 10 ਮੀਟਰ ਤੋਂ ਉੱਪਰ ਸੀ ਸਾਰਾ ਏਰੀਆ, ਉਹ ਅੱਜ ਥੱਲੇ ਜਾ ਚੁੱਕਿਆ। ਸੋ ਇਸ ਕਰਕੇ ਹੇਠਾਂ ਸਤਾ ਪਾਣੀ ਦੀ ਸਤਾ ਜਾਣ ਦੀ ਰਫ਼ਤਾਰ ਵੀ ਬਹੁਤ ਤੇਜ਼ੀ ਜਾ ਨਾਲ ਜਾ ਰਿਹਾ ਸੀਗਾ, ਪਰ ਇਹ ਜਿਹੜੀ ਥੋੜ੍ਹੀ ਜਿਹੀ ਰੁਕ ਗਈ ਹੈ ਪਿਛਲੇ ਜਦੋਂ 10-15 ਸਾਲ ਤੋਂ ਜਦੋਂ ਤੋਂ ਅਸੀਂ ਝੋਨਾ ਲੇਟ ਲਾਉਣਾ ਸ਼ੁਰੂ ਕੀਤਾ। ਰਫ਼ਤਾਰ ਹੈ ਜਿਹੜੀ ਤਕਰੀਬਨ ਜਦੋਂ ਅਸੀਂ 10 ਜੂਨ 'ਤੇ ਲਾਉਣਾ ਸ਼ੁਰੂ ਕੀਤਾ, 2005-2008 ਕਾਨੂੰਨ ਬਣ ਗਿਆ ਸੀਗਾ, ਅਤੇ ਰਫ਼ਤਾਰ ਹੈ ਜਿਹੜੀ ਘੱਟ ਕੇ ਅੱਧੀ ਰਹਿ ਗਈ ਸੀ। ਅੰਕੜੇ ਦਾ ਜਿੱਥੇ ਤੱਕ ਹੈਗਾ ਵੀ ਪਹਿਲਾਂ ਜਿਹੜੇ ਹੈ ਸਾਡੇ ਜਿਸ ਰਫ਼ਤਾਰ ਨਾਲ ਪਾਣੀ ਥੱਲੇ ਜਾ ਰਿਹਾ ਸੀਗਾ, ਮਤਲਬ 2005 ਤੱਕ ਜੇ ਅਸੀਂ ਦੇਖੀਏ, 1999 ਤੋਂ ਲੈ ਕੇ 2005 ਤੱਕ ਜਿਹੜੀ ਰਫ਼ਤਾਰ ਆ ਹਰ ਸਾਲ, ਪਹਿਲਾਂ 1992 'ਚ 91,000 ਹੈਕਟੇਅਰ ਦੇ ਥੱਲੇ ਪਾਣੀ 10 ਮੀਟਰ ਥੱਲੇ ਜਾਂਦਾ ਸੀ ਹਰ ਸਾਲ, 2002 ਦੇ ਵਿੱਚ 158,000 ਹੈਕਟੇਅਰ ਦੇ ਥੱਲੇ ਜਾਂਦਾ ਸੀ ਹਰ ਸਾਲ, 2005 ਤੱਕ 2002-5 ਦੇ ਵਿੱਚ 175,000 ਹਰ ਸਾਲ ਏਰੀਏ ਦੇ ਵਿੱਚ ਹੈਕਟੇਅਰ ਪਾਣੀ ਥੱਲੇ ਜਾ ਰਿਹਾ ਸੀ, ਅਤੇ 2000 ਜਦੋਂ ਅਸੀਂ ਝੋਨਾ 10 ਜੂਨ ਤੋਂ ਸ਼ੁਰੂ ਕੀਤਾ ਉਦੋਂ 103 ਘੱਟ ਕੇ 103 ਰਹਿ ਗਿਆ, 2010 ਦੇ ਵਿੱਚ 97,000 ਰਹਿ ਗਿਆ ਸਾਲ, ਹਰ ਸਾਲ ਵਾਧਾ ਸੀ, ਅਤੇ 2012 ਦੇ ਵਿੱਚ ਸਿਰਫ 37,000, ਅਤੇ 2016 ਦੇ ਵਿੱਚ 4 ਸਾਲਾਂ 'ਚ ਸਿਰਫ 2000 ਪਰ ਈਅਰ ਵੱਧ ਰਿਹਾ ਸੀਗਾ, ਜਿਹੜਾ ਕਿ ਹੁਣ ਜਦੋਂ 2018 ਦਾ ਡਾਟਾ ਆ ਜਾਊਗਾ ਤਾਂ ਇਹਦਾ ਮਤਲਬ ਹੋਰ ਵੀ ਹੋ ਸਕਦਾ ਵੀ ਇਹ ਏਰੀਆ ਬਿਲਕੁਲ ਜ਼ੀਰੋ ਹੋ ਜਾਵੇ ਅਤੇ ਰਾਤ ਪੜਨ ਚੜ੍ਹਨਾ ਸ਼ੁਰੂ ਹੋ ਜਾਵੇ। 2000 ਆਉਣ ਵਾਲੇ 2 ਸਾਲਾਂ 'ਚ ਪਤਾ ਲੱਗ ਜਾਏਗਾ ਵੀ ਪਾਣੀ ਚੜ੍ਹਨਾ ਸ਼ੁਰੂ ਹੋ ਜਾਂਦਾ, ਇਹ ਏਰੀਆ ਜਿਹੜਾ ਕਿ 66% ਸੀ ਘਟਣਾ ਸ਼ੁਰੂ ਹੋ ਸਕਦਾ ਜਦੋਂ ਅਸੀਂ ਝੋਨਾ 20 ਜੂਨ ਤੋਂ ਲਾਵਾਂਗੇ। ਅਤੇ ਇਹਦਾ ਕਾਰਨ ਮੇਨ ਇਹੀ ਆ ਵੀ ਜਿਹੜਾ ਝੋਨਾ ਅਸੀਂ ਜਦੋਂ ਰੇਤਾ ਲਾਉਂਦੇ ਹਾਂ ਸੀਗੇ ਉਹਦੇ ਨਾਲ ਗਰਮੀ ਹੁੰਦੀ ਆ, ਗਰਮੀ ਅਤੇ ਡਰਾਈ ਅਤੇ ਹੌਟ ਐਂਡ ਡਰਾਈ ਸੀਜ਼ਨ ਦੇ ਵਿੱਚ ਝੋਨਾ ਪਾਣੀ ਉੜ ਕੇ ਸਮਾਨ ਚਲੇ ਜਾਂਦਾ, ਜਿੰਨਾ ਵੀ ਅਸੀਂ ਪਾਣੀ ਫਸਲ ਨੂੰ ਲਾਉਂਦੇ ਹਾਂ ਬਹੁਤਾ ਉੜ ਕੇ ਜਾਂਦਾ ਸੀ। ਜਦੋਂ ਬਰਸਾਤ 'ਚ ਲਾਵਾਂਗੇ ਬਹੁਤਾ ਪਾਣੀ ਜ਼ਮੀਨ ਦੇ ਵਿੱਚ ਦੁਬਾਰਾ ਜੀਰ ਜੂਗਾ 60-70% ਅਤੇ ਉੜੂਗਾ ਬਹੁਤ ਥੋੜ੍ਹਾ, ਇਸ ਕਰਕੇ ਬਰਸਾਤਾਂ 'ਚ ਝੋਨਾ ਜੇਕਰ ਲਾਵਾਂਗੇ ਹੇਠਾਂ ਪਾਣੀ ਜਾਣ ਦੀ ਸਤਾ ਨੂੰ ਬਹੁਤ ਹੱਦ ਤੱਕ ਰੋਕਿਆ ਜਾ ਸਕਦਾ। ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਜਿਵੇਂ ਲੁਧਿਆਣਾ ਸ਼ਹਿਰ ਹੈ, ਸਾਰੇ ਬਲਾਕਾਂ ਦੇ ਜਿਹੜੇ ਨਾਲ ਦੇ ਬਲਾਕ ਹੈ ਲੁਧਿਆਣੇ ਬਲਾਕ ਦੇ ਉਹਨਾਂ ਦਾ ਪਾਣੀ ਕੱਢ ਕੇ ਅਸੀਂ ਸ਼ਹਿਰੀ ਵਰਤ ਰਹੇ ਸੀ। ਸੋ ਜੇਕਰ ਇਹ ਨਹਿਰੀ ਪਾਣੀ ਫਰਜ਼ ਕੀਤਾ ਲੁਧਿਆਣਾ ਫਰਜ਼ ਕੀਤਾ ਸ਼ਹਿਰ ਹੈ ਇਹਨੂੰ ਦਿੱਤਾ ਜਾਊਗਾ ਜਾਂ ਦੂਜੇ ਸ਼ਹਿਰਾਂ ਨੂੰ,
ਇਹਦੇ ਨਾਲ ਇਹ ਆ ਵੀ ਜਿਹੜਾ ਇਹਨਾਂ ਦੇ ਜਾਣ ਦੀ ਸਤਹ ਨਾਲ ਦੇ ਬਲਾਕਾਂ ਦਾ ਵੀ ਫਾਇਦਾ ਹੋਊ, ਇਹਦੇ ਲੁਧਿਆਣੇ ਦਾ ਤਾਂ ਫਾਇਦਾ ਹੋਊਗਾ ਹੀ ਹੋਊਗਾ, ਪਾਣੀ ਨਹੀਂ ਸਤ ਥੱਲੇ ਜਾਊਗਾ, ਪਰ ਕਿਉਂਕਿ ਲੁਧਿਆਣਾ ਇਕੱਲਾ ਨਾਲ ਦੇ ਬਲਾਕਾਂ ਦਾ ਵੀ ਜਿੰਨੇ ਵੀ ਐਡਜੋਇਨਿੰਗ ਸੀਗੇ ਸਾਰਿਆਂ ਦਾ ਪਾਣੀ ਡਰੇਨ ਕਰਦਾ ਸੀਗਾ ਹੇਠਲਾ ਅੰਡਰਗਰਾਊਂਡ, ਉਹ ਬਚ ਜੂਗਾ। ਸੋ ਇਸ ਕਰਕੇ ਬਹੁਤ ਹੀ ਵਧੀਆ ਉਪਰਾਲਾ ਵੀ ਜਿਹੜਾ ਨਹਿਰੀ ਪਾਣੀ ਆ ਜਿਹੜਾ ਉਹ ਡਰਿੰਕਿੰਗ ਵਾਸਤੇ ਸ਼ਹਿਰਾਂ ਵਾਸਤੇ ਦਿੱਤਾ। ਜਿੱਥੇ ਤੱਕ ਬਰਸਾਤੀ ਪਾਣੀ ਹੈ ਸ਼ਹਿਰਾਂ ਵਾਲੇ, ਮੈਂ ਕਹੂੰਗਾ ਵੀ ਬਹੁਤ, ਮੈਂ ਵੀ ਸ਼ਹਿਰ ਦੇ ਵਿੱਚ ਰਹਿ ਰਿਹਾ, ਅਸੀਂ ਬਹੁਤ ਹੀ ਸਪੋਇਲਡ ਹਾਂ ਐਜ਼ ਕੰਪੇਅਰ ਟੂ ਪਿੰਡਾਂ ਦੇ। ਅਸੀਂ ਆਪਣਾ ਘਰ ਪੱਕਾ ਕਰ ਲੈਂਦੇ ਹਾਂ, ਵਿਹੜਾ ਪੱਕਾ ਕਰ ਲੈਂਦੇ ਹਾਂ, ਸੜਕਾਂ ਦੇ ਨਾਲ ਜਿਹੜਾ ਏਰੀਆ ਉਹਨੂੰ ਵੀ ਇੰਟਰਲੋਕਿੰਗ ਟਾਈਲ ਲਾ ਕੇ ਪੱਕਾ ਕਰਕੇ ਸਾਰਾ ਮੀਂਹ ਦਾ ਪਾਣੀ ਜਿਹੜਾ ਕਿ ਬਹੁਤ ਵਧੀਆ ਪਾਣੀ ਕੁਆਲਿਟੀ ਹੁੰਦੀ ਆ, ਉਹ ਜ਼ਮੀਨ ਜਾਣ ਦੀ ਬਜਾਏ ਡਰੇਨ 'ਚ ਜਾਂਦਾ। ਜਦੋਂ ਡਰੇਨ 'ਚ ਜਾਂਦਾ ਅਲਟੀਮੇਟਲੀ ਦਰਿਆ ਜਿਹੜਾ ਕਿ ਹੜ੍ਹ ਲਿਆਉਂਦਾ ਹਰ ਸਾਲ ਅਤੇ ਮੁੜ ਕੇ ਪਾਕਿਸਤਾਨ ਨੂੰ ਜਾਂਦਾ, ਇਹ ਪਾਣੀ ਹਰ ਸਾਲ ਜਾਇਆ ਜਾਂਦਾ, ਜਾ ਕੇ ਸਮੁੰਦਰ ਦੇ ਵਿੱਚ ਜਾਂਦਾ, ਵਰਤੇ ਨੂੰ ਕੋਈ ਵੀ ਨਹੀਂ ਸਕਦਾ। ਇਸ ਕਰਕੇ ਜੇਕਰ ਇਹ ਸ਼ਹਿਰੀਏ ਇੰਟਰਲੋਕਿੰਗ ਟਾਈਲ ਤਕਰੀਬਨ ਜਿਵੇਂ ਝੋਨਾ ਬੰਦ ਕੀਤਾ, ਇਸੇ ਤਰ੍ਹਾਂ ਮੈਂ ਚਾਹਾਂਗਾ ਵੀ ਇੰਟਰਲੋਕਿੰਗ ਟਾਈਲਾਂ ਜਿਹੜੀਆਂ ਲੱਗਣੀਆਂ ਸ਼ਹਿਰਾਂ ਦੇ ਵਿੱਚ ਬੰਦ ਹੋਣੀਆਂ ਚਾਹੀਦੀਆਂ, ਬੈਨ ਲੱਗਣਾ ਚਾਹੀਦਾ, ਇਹਦੀ ਜਗ੍ਹਾ 'ਤੇ ਗਰਾਸ ਪੇਵਰ ਟਾਈਲ ਲੱਗਣੀਆਂ ਚਾਹੀਦੀਆਂ। ਉਹਦੇ ਵਿੱਚ ਬਹੁਤਾ ਇੰਨਾ ਨਹੀਂ ਫਰਕ ਪੈਣਾ, ਕਿਉਂਕਿ ਉਹ ਜਿਹੜਾ ਪਾਣੀ ਹੈ ਉਹ ਅਸੀਂ ਜਿਹੜਾ ਗਰਾਊਂਡ ਵਾਟਰ ਨਹੀਂ ਕੱਢਾਂਗੇ, ਉਹ ਸਾਡਾ ਨਹਿਰੀ ਤੋਂ ਆਜੂਗਾ। ਨਹਿਰੀ ਪਾਣੀ ਅਜੇ ਪੰਜਾਬ ਦੇ ਵਿੱਚ ਬਹੁਤ ਸਾਰਾ ਪਾਣੀ ਹੈ ਜਿਹੜਾ ਉਹ ਲੋਕਾਂ ਨੇ, ਕਿਉਂਕਿ ਫਰੀ ਬਿਜਲੀ ਜਿਹੜੀ ਹੈ ਉਹ ਸਾਡਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ, ਉਹਦੇ ਕਰਕੇ ਗਰਾਊਂਡ ਵਾਟਰ ਦੇ ਡਿਪੈਂਡੈਂਸ ਜ਼ਿਆਦਾ ਹੋ ਗਈ ਹੈ ਅਤੇ ਨਹਿਰੀ ਪਾਣੀ ਨੂੰ ਵਰਤ ਨਹੀਂ ਰਹੇ। ਪਿੰਡਾਂ ਦੇ ਵਿੱਚ ਬਹੁਤ ਸਾਰੇ ਖਾਲਾ ਜਿਹੜੇ ਆ ਵਾਧ ਦਿੱਤੇ ਗਏ ਆ। ਉਹ ਕਿਉਂ ਵਾਏ ਆ ਉਹਨਾਂ ਏਰੀਏ 'ਚ, ਖਾਸ ਕਰਕੇ ਸੈਂਟਰਲ ਪੰਜਾਬ ਦੇ ਵਿੱਚ, ਕਿਉਂਕਿ ਉੱਥੇ ਗਰਾਊਂਡ ਵਾਟਰ ਚੰਗੇ ਆ ਅਤੇ ਚੰਗੇ ਹੋਣ ਕਰਕੇ ਉਹਨੂੰ ਵਰਤਣ ਲੱਗ ਗਏ ਨਹਿਰੀ ਪਾਣੀ। ਸੋ ਇਸ ਕਰਕੇ ਉਹ ਜਾਇਆ ਨਹੀਂ ਜਾਊਗਾ, ਬਹੁਤਾ ਉਹਨਾਂ 'ਤੇ ਲੋਡ ਨਹੀਂ ਪਊਗਾ, ਸਾਡਾ ਆਪਣਾ ਪਾਣੀ ਜਿਹੜਾ ਹੈਗਾ ਉਹਨੂੰ ਅਸੀਂ ਵਰਤਣ ਲੱਗ ਜਾਂਦੇ। ਕਿਸਾਨਾਂ ਨੂੰ ਅਪੀਲ ਇਹੀ ਆ ਵੀ ਜਿਹੜੀ ਸਰਕਾਰ ਨੇ 20 ਜੂਨ ਦੀ ਜਿਹੜੀ ਡੇਟ ਫਿਕਸ ਕੀਤੀ ਹੈ ਝੋਨਾ ਲਾਉਣ ਦੀ, ਉਹ ਬਿਲਕੁਲ ਸਹੀ ਹੈ। ਮੇਰੇ ਖਿਆਲ ਹੈ ਉਹਨਾਂ ਨੂੰ ਇਹਨੂੰ ਪਵਿੱਤਰ ਸਮਝ ਕੇ ਫੋਲੋ ਕਰਨ, ਇਹਦੇ ਵਿੱਚ ਕਿਸਾਨਾਂ ਦਾ ਹੀ ਲੌਂਗ ਟਰਮ 'ਚ ਭਲਾ, ਸਰਕਾਰ ਨਾਲੋਂ ਜ਼ਿਆਦਾ ਇਹਦਾ ਸਰਕਾਰ ਆਉਣ ਵਾਲੇ ਟਾਈਮ 'ਚ ਜ਼ਿਮੀਂਦਾਰਾਂ ਦਾ ਭਲਾ, ਕਿਉਂਕਿ ਜਦੋਂ ਪਾਣੀ ਹੇਠਾਂ ਨਹੀਂ ਜਾਊਗਾ ਉਹਨਾਂ ਦੇ ਆਪਣੇ ਖਰਚੇ ਬਹੁਤ ਬਚਣਗੇ, ਕਿਉਂਕਿ ਹਰ ਸਾਲ ਸਮਰਸੀਬਲ ਪੰਪ ਹੁਣ ਲਾ ਲਏ ਆ ਲੋਕਾਂ ਨੇ, ਉਹ ਸਮਰਸੀਬਲ ਪੰਪ ਆ ਜਿਹੜੇ ਉਹਨਾਂ ਦੀ ਵੀ ਰਿਪਲੇਸ ਕਰਨੇ ਪੈਣਗੇ। ਜਦੋਂ ਉਹ ਪੈਣਗੇ ਉਹਦੀ ਕੋਸਟ ਬਹੁਤ ਜ਼ਿਆਦਾ, ਇੱਕ ਮੋਟਰ 40-50 ਹਜ਼ਾਰ ਦੀ ਆਉਂਦੀ ਆ, ਜ਼ਿਮੀਂਦਾਰ ਆਪਣੇ ਖਰਚੇ ਖੂਹ ਦੀ ਮਿੱਟੀ ਖੂਹ ਨੂੰ ਲਾਈ ਜਾ ਰਿਹਾ, ਜਿਹੜਾ ਕਿ ਬਿਲਕੁਲ ਗਲਤ ਹੈ। ਇਸ ਕਰਕੇ ਇਹਦਾ ਇਲਾਜ ਇੱਕੋ ਹੀ ਇੱਕ ਹੈ ਵੀ ਝੋਨਾ ਤਾਂ ਅਸੀਂ ਬੰਦ ਨਹੀਂ ਕਰ ਸਕਦੇ, ਪਰ ਝੋਨਾ ਨੂੰ ਲੇਟ ਤਾਂ ਲਾ ਸਕਦੇ ਹਾਂ ਨਾ, ਉਹ ਅਸੀਂ ਕਰ ਲਈਏ, ਇਹਦੇ ਜ਼ਿਮੀਂਦਾਰਾਂ ਦਾ ਹੀ ਭਲਾ ਅਲਟੀਮੇਟ। ਬਿਊਰੋ ਰਿਪੋਰਟ, ਲੁਧਿਆਣਾ ਵਿਊ।